ਫਾਜ਼ਿਲਕਾ ਦੇ ਪੁਰਾਣੇ ਕਚਹਿਰੀ ਰੋਡ ਤੇ ਬੇਕਾਬੂ ਹੋਈ ਖੱਚਰ ਰੇੜੀ ਵੀਡੀਓ ਹੋਈ ਵਾਇਰਲ। ਫਾਜ਼ਿਲਕਾ ਦੇ ਪੁਰਾਣੇ ਕਚਹਿਰੀ ਰੋਡ ਤੇ ਅੱਜ ਇੱਕ ਖੱਚਰ ਰੇੜੀ ਬੇਕਾਬੂ ਹੋ ਗਈ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਫਾਜ਼ਿਲਕਾ ਦੇ ਪੁਰਾਣੇ ਕਚਹਿਰੀ ਰੋਡ ਤੇ ਅੱਜ ਤੜਕੇ ਇੱਕ ਇੱਟਾਂ ਨਾਲ ਭਰੀ ਖੱਚਰ ਰੇੜੀ ਬੇਕਾਬੂ ਹੋ ਗਈ ਅਤੇ ਖੱਚਰ ਆਪਣੇ ਮਾਲਕ ਨੂੰ ਛੱਡ ਕੇ ਖਾਲੀ ਰੇੜੀ ਲੈ ਕੇ ਦੌੜ ਪਿਆ ਜਿਸ ਦੀ ਇੱਕ ਵੀਡੀਓ ਵੀ WhatsApp ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ। ਘੰਟਾਘਰ ਚੌਕ ਦੇ ਨੇੜੇ ਜਾ ਕੇ ਇੱਕ ਖੱਚਰ ਰੇੜੀ ਪਲਟ ਗਈ। इस दे नाल किन्ना नुकसान होया हले इस गल की पुष्टि नहीं हो पाई है पर WhatsApp ग्रुपां दे विच वीडियो खूब वायरल हो रही है।